ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਗੁਰਪ੍ਰੀਤ ਜੀਪੀ ਨੇ ਚਰਨਜੀਤ ਚੰਨੀ ਨੂੰ ਕੀਤਾ ਖੁੱਲਾ ਚੈਲੰਜ ਚੋਣ ਕਮਿਸ਼ਨ ਨੇ ਆਤਿਸ਼ੀ ਨੂੰ ਨੋਟਿਸ ਭੇਜਿਆ ਆਤਿਸ਼ੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ਤੇ ਚੁੱਕੇ ਸਵਾਲ ਸੰਜੇ ਸਿੰਘ ਨੇ ਠੋਕਿਆ ਵੱਡਾ ਦਾਵਾ ਆਪ ਵਿਧਾਇਕ ਦੀ ਵੀਡੀਓ ਵਾਇਰਲ ਕਿਸਾਨਾਂ ਨੇ ਹੰਸਰਾਜ ਹੰਸ ਨੂੰ ਮੋੜ ਪਾਇਆ ਕੇਰਾ ਲਾਪਰਵਾਹੀ ਜ਼ਿੰਦਗੀ ਤੇ ਪਈ ਭਾਰੀ ਇੱਕੋ ਹੀ ਝਟਕੇ ਚ ਪੰਜਾਬ ਦੇ ਕਈ ਘਰਾਂ ਚ ਵਿਸ਼ੇ ਸੱਥਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦੀ ਇਹਨਾਂ ਚੋਣਾਂ ਦੇ ਵਿੱਚ ਇਸ ਵਕਤ ਚੋਣ ਪ੍ਰਚਾਰ ਪੰਜਾਬ 'ਚ ਵੀ ਲਗਾਤਾਰ ਭਖ ਰਿਹਾ ਹੈ ਤੇ ਮਗਰ ਹੈ ਫਤੇਗੜ ਸਾਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਜੀਪੀ ਗੁਰਪ੍ਰੀਤ ਸਿੰਘ ਜੀਪੀ ਹੋਰਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇੱਕ ਵੱਡਾ ਚੈਲੰਜ ਕਰ ਦਿੱਤਾ ਖੁੱਲਾ ਚੈਲੰਜ ਕੀਤਾ ਉਹ ਕਹਿੰਦੇ ਮੈਂ ਤੁਹਾਨੂੰ ਚੈਲੰਜ ਕਰਦਾ ਹਾਂ ਮੇਰੇ ਖਿਲਾਫ ਆਓ ਚੋਣ ਲੜੋ ਇਥੋਂ ਤੱਕ ਆਖ ਦਿੱਤਾ ਜੀਪੀ ਨੇ ਕਿ ਤੁਹਾਡੇ ਨਾਲ ਪੁਰਾਣਾ ਹਿਸਾਬ ਕਿਤਾਬ ਕਰਨਾ ਬਾਕੀ ਹੈ ਉਹ ਬਰਾਬਰ ਕਰਾਂਗੇ ਤੀਸਰੀ ਵਾਰ ਹਰਾਉਣਾ ਤੁਹਾਨੂੰ ਜੀਪੀ ਨੇ ਇਹ ਵੀ ਆਖਿਆ ਕਿ ਚੰਨੀ ਨੇ ਮੈਨੂੰ ਹਰਾਉਣ ਦੇ ਵਿੱਚ ਪਿਛਲੀ ਵਿਧਾਨ ਸਭਾ ਚੋਣ ਦੇ ਵਿੱਚ ਕੋਈ ਕਾਸਰ ਨਹੀਂ ਸੀ ਛੱਡੀ ਉਹਦਾ ਬਦਲਾ ਤਾਂ ਲਿਆ ਜਾਵੇਗਾ ਮੈਂ ਕਹਿੰਦੇ ਉਸ ਮੌਕੇ ਦਾ ਇੰਤਜ਼ਾਰ ਕਰ ਰਿਹਾ ਜੀਪੀ ਕਹਿੰਦੇ ਜਦੋਂ ਚਰਨ ਦੀ ਚੰਨੀ ਉਹਨਾਂ ਦੇ ਮੁਕਾਬਲੇ ਚ ਆਉਣ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਲੁਧਿਆਣਾ ਤੋਂ ਸੰਸਦ ਰਵਨੀਤ ਬਿੱਟੂ ਕਿਉਂਕਿ ਇਹ ਵੀ ਕਾਂਗਰਸ ਸੀ ਤੇ ਉਹ ਵੀ ਕਾਂਗਰਸ ਸਨ ਇਹ ਆਪ ਚਾਗੇ ਤੇ ਉਹ ਭਾਜਪਾ ਚਲੇ ਗਏ ਜਦੋਂ ਪੁੱਛਿਆ ਕਿ ਭਾਜਪਾ ਦੇ ਵਿੱਚ ਗਏ ਨੇ ਤਾਂ ਕਹਿੰਦੇ ਕਿ ਕਾਂਗਰਸ ਦੇ ਵਿੱਚ ਇਸ ਵਕਤ ਕੋਈ ਆਗੂ ਹੈ ਨਹੀਂ ਹਰ ਕੋਈ ਆਪੋ ਆਪਣੀ ਡੱਫਲੀ ਤੇ ਆਪੋ ਆਪਣੇ ਰਾਗ ਤੇ ਆਪੋ ਆਪਣੇ ਰਸਤੇ ਤੇ ਚੱਲ ਰਿਹਾ ਹੈ ਕਾਂਗਰਸ ਦੇ ਵਿੱਚੋਂ ਅਨੁਸ਼ਾਸਨ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਹਾਈ ਕਮਾਂਡ ਦਾ ਪਾਰਟੀ ਤੇ ਕੰਟਰੋਲ ਕੋਈ ਨਹੀਂ ਕਾਂਗਰਸ ਦੇ ਵਿੱਚ ਤਾਂ ਇਸ ਵਕਤ ਸਾਰਿਆਂ ਦਾ ਦਮ ਘੁੱਟਦਾ ਸਾਰੇ ਆਪੋ ਆਪਣੇ ਘੋੜੇ ਭਜਾ ਰਹੇ ਨੇ ਹਰ ਕੋਈ ਮਜਬੂਰੀ ਵਸ ਕਾਂਗਰਸ ਛੱਡ ਰਿਹਾ ਹੈ ਤੇ ਕਾਂਗਰਸ ਦੇ ਵਿੱਚ ਰਵਨੀਤ ਬਿੱਟੂ ਦੀ ਕਹਿੰਦੇ ਸੁਣਵਾਈ ਕੋਈ ਨਹੀਂ ਸੀ ਹੋ ਰਹੀ ਇਸ ਕਰਕੇ ਉਹ ਭਾਜ ਪਚ ਗਿਆ ਹੈ ਉਹਨੇ ਇਹ ਵੀ ਆਖਿਆ ਕਿ ਕੱਲਾ ਬਿੱਟੂ ਨਹੀਂ ਹੌਲੀ-ਹੌਲੀ ਕਾਂਗਰਸ ਖਾਲੀ ਹੋ ਜਾਣੀ ਐ ਜੀਪੀ ਕਹਿੰਦੇ ਕਿ ਜਿਸ ਤਰ੍ਹਾਂ ਪੰਜਾਬ ਦੇ ਸਿਆਸੀ ਆਗੂ ਇਸ ਵਕਤ ਭਾਜਪਾ ਚ ਸ਼ਾਮਲ ਹੋ ਰਹੇ ਨੇ ਉਹ ਇੱਕ ਗੱਲ ਮੈਂ ਕਹਿੰਦੇ ਜ਼ਰੂਰ ਕਹਣਾ ਕਿ ਵੱਡੀ ਗਲਤੀ ਕਰ ਰਹੇ ਐ ਕਿਉਂਕਿ ਪੰਜਾਬ ਚ ਭਾਜਪਾ ਦਾ ਕੋਈ ਵजूद ਨਹੀਂ ਤੇ ਕੋਈ ਆਧਾਰ ਨਹੀਂ ਪੰਜਾਬ ਦੇ ਲੋਕ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਤੇ ਭਰੋਸਾ ਕਰ ਰਹੇ ਨੇ ਕਿਉਂਕਿ ਭਗਵੰਤ ਮਾਨ ਨੇ ਪਿਛਲੇ 2 ਸਾਲਾਂ ਚ ਜਿਸ ਤਰੀਕੇ ਨਾਲ ਕੰਮ ਕੀਤਾ ਉਹ ਤੋਂ ਹਰ ਵਰਗ ਖੁਸ਼ ਐ ਜੀਪੀ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਭਾਜਪਾ ਤੇ ਨਿਸ਼ਾਨੇ ਵੰਨੇ ਨੇ ਅਤੇ ਕਿਹਾ ਕਿ ਕੇਂਦਰ ਇਸ ਵਕਤ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਤਾਨਾशाही ਵੱਲ ਵਧ ਰਹੀ ਹੈ ਤੇ ਦੂਸਰੇ ਪਾਸੇ ਚੋਣ ਕਮਿਸ਼ਨ ਦਾ ਨੋਟਿਸ ਅਤੇ ਚੋਣ ਕਮਿਸ਼ਨ ਦੀ ਨਿਰਪੱਖਤਾ ਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਸਵਾਲ ਚੁੱਕ ਦਿੱਤੇ ਹੈ ਅਸਲ ਦੇ ਵਿੱਚ ਸ਼ਿਕਾਇਤਾਂ ਦੋਵਾਂ ਪਾਰਟੀਆਂ ਨੇ ਕੀਤੀਆਂ ਫਿਰ ਸ਼ਿਕਾਇਤ ਵੀ ਬਣਦੀ ਹੈ ਭਾਜਪਾ ਦੀ ਸ਼ਿਕਾਇਤ ਤੇ ਕਾਰਵਾਈ ਹੋ ਗਈ ਅਤੇ ਆਤਸ਼ੀ ਭਾਵ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਤੇ ਕਾਰਵਾਈ ਕੋਈ ਹੋਈ ਨਹੀਂ। ਅਸਲ ਦੇ ਵਿੱਚ ਭਾਜਪਾ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਨੇ ਦਿੱਲੀ ਦੀ ਮੰਤਰੀ ਆਤਸ਼ੀ ਨੂੰ ਨੋਟਿਸ ਭੇਜ ਕੇ ਸੋਮਵਾਰ ਦੁਪਹਿਰ 12 ਵਜੇ ਤੱਕ ਆਪਣਾ ਜਵਾਬ ਦੇਣ ਵਾਸਤੇ ਆਖ ਦਿੱਤਾ ਹੈ। ਤਾਂ ਫਿਰ ਇਹਦੇ ਤੋਂ ਬਾਅਦ ਆਤਸ਼ੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ਤੇ ਸਵਾਲ ਖੜੇ ਕੀਤੇ ਹੈ। ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਨੋਟਿਸ ਭੇਜਿਆ ਗਿਆ ਉਹਦਾ ਵਿਰੋਧ ਕੀਤਾ ਆਤਸ਼ੀ ਨੇ। ਆਤਸ਼ੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਾਢੀ ਭਵ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਅਗਲੇ ਦਿਨ ਭਾਜਪਾ ਦੀ ਸ਼ਿਕਾਇਤ ਦੇ ਨਾਲ ਦੀ ਨਾਲ ਕਾਰਵਾਈ ਵਾਸਤੇ ਨੋਟਿਸ ਵੀ ਭੇਜ ਦਿੱਤਾ 2 ਅਪ੍ਰੈਲ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਆਤਿਸ਼ੀ ਨੇ ਦੋਸ਼ ਲਗਾਇਆ ਸੀ ਕਿ ਉਹਨਾਂ ਦੇ ਕਿਸੇ ਨਜ਼ਦੀਕੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਅਤੇ ਭਾਜਪਾ ਵਿੱਚ ਸ਼ਾਮਲ ਨਾ ਹੋਣ ਤੇ ਉਹਨਾਂ ਦਾ ਸਿਆਸੀ ਭੂਿਕਾ ਖਰਾਬ ਕਰਨ ਦੀ ਚੇਤਾਵਨੀ ਦਿੱਤੀ ਸੀ ਭਾਜਪਾ ਨੇ ਆਤਿਸ਼ੀ ਦੇ ਇਸ ਬਿਆਨ ਨੂੰ ਬੇਬੁਨਿਆਦ ਦੱਸਿਆ ਭਾਜਪਾ ਦੇ ਅਕਸ ਨੂੰ ਧਾਲ ਆਉਣ ਵਾਲਾ ਦੱਸਿਆ ਅਤੇ ਆਤਸ਼ੀ ਨੂੰ ਮਾਣ ਹਾਨੀ ਦਾ ਕਾਨੂੰਨੀ ਨੋਟਿਸ ਭੇਜਣ ਦੇ ਨਾਲ ਨਾਲ ਚੋਣ ਕਮਿਸ਼ਨ ਨੂੰ ਵੀਰਵਾਰ ਨੂੰ ਸ਼ਿਕਾਇਤ ਕੀਤੀ ਸੀ ਤੇ ਅਗਲੇ ਦਿਨ ਕਾਰਵਾਈ ਆਤਸ਼ੀ ਦੇ ਖਿਲਾਫ ਚੋਣ ਕਮਿਸ਼ਨ ਨੇ ਪਾ ਦਿੱਤੀ ਹੈ ਆਤਸ਼ੀ ਨੇ ਕਿਹਾ ਕਿ ਮੈਂ ਚੋਣ ਕਮਿਸ਼ਨ ਨੂੰ ਪੁੱਛਣਾ ਚਾਹੁੰਦੀ ਆ ਕਿ ਕੀ ਤੁਸੀਂ ਭਾਜਪਾ ਦਾ ਕੋਈ ਸੰਗਠਨੋਂ ਕੋਈ ਉਦੀ ਬਰਾਹਾਂ ਚੋਂ ਕਾਂਗਰਸ ਦਾ ਬੈਂਕ ਖਾਤੇ ਤੁਸੀਂ ਸੀਲ ਕਰ ਦਿੱਤੇ ਤਾਂ ਨੋਟਿਸ ਜਾਰੀ ਨਹੀਂ ਕੀਤਾ ਕੇਂਦਰ ਸਰਕਾਰ ਚੋਣ ਕਮਿਸ਼ਨ ਦੇ ਸਾਹਮਣੇ सीबीआई ਈਡੀ ਦੀ ਦਰਵਾਰਤੋਂ ਕਰ ਰਹੀ ਹੈ ਕੋਈ ਨੋਟਿਸ ਜਾਰੀ ਨਹੀਂ ਹੁੰਦਾ ਚੋਣਾਂ ਦੇ ਐਲਾਨ ਤੋਂ ਬਾਅਦ ਆਪ ਵਿਧਾਇਕ ਦੇ ਘਰ ਤੇ ਛਾਪੇਮਾਰੀ ਹੋਈ ਹੈ ਜਦੋਂ ਆਮ ਆਦਮੀ ਪਾਰਟੀ ਮੁਲਾਕਾਤ ਦੀ ਮੰਗ ਕਰਦੀ ਹੈ ਤਾਂ ਤੁਸੀਂ ਉਹਨਾਂ ਨੂੰ ਮੁਲਾਕਾਤ ਦਾ ਸਮਾਂ ਵੀ ਨਹੀਂ ਦਿੰਦੇ ਤੇ ਜਦੋਂ ਭਾਜਪਾ ਸ਼ਿਕਾਇਤ ਕਰਦੀ ਹੈ ਤਾਂ 12 ਘੰਟਿਆਂ ਦੇ ਅੰਦਰ ਅੰਦਰ ਤੁਸੀਂ ਨੋਟਿਸ ਵੀ ਜਾਰੀ ਕਰ ਦਿੰਦੇ ਹੋ ਉਹ ਕਹਿੰਦੇ ਭਾਜਪਾ ਨੂੰ ਵੀ ਖਬਰਾਂ ਭੇਜੀਆਂ ਜਾਂਦੀਆਂ ਨੇ ਸਾਡੀ ਪਾਰਟੀ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਕੋਈ ਕਾਰਵਾਈ ਨਹੀਂ ਹੋਈ ਅਸੀਂ ਦਿੱਲੀ ਦੇ ਵਿੱਚ ਭਾਜਪਾ ਵੱਲੋਂ ਜਿਹੜੇ ਹੋਲਡਿੰਗ ਲੱਗੇ ਹੋਏ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਪਰ ਭਾਜਪਾ ਨੂੰ ਨਾ ਤੁਸੀਂ ਕੋਈ ਨੋਟਿਸ ਤੇ ਨਾ ਕੋਈ ਕਾਰਵਾਈ ਕਹਿੰਦੇ ਅੱਜ ਮੈਂ ਚੋਣ ਕਮਿਸ਼ਨ ਨੂੰ ਭਾਜਪਾ ਤੇ ਕੇਂਦਰ ਸਰਕਾਰ ਅੱਗੇ ਨਾਂ ਝੋਕਣ ਵਾਸਤੇ ਅਪੀਲ ਕਰਦੀਆਂ ਕਿ ਤੁਹਾਡੀ ਨਿਰਪੱਖਤਾ ਬਰਕਰਾਰ ਰਹਿਣੀ ਚਾਹੀਦੀ ਹੈ ਤੇ ਇਹਦੇ ਤੋਂ ਬਾਅਦ ਸੰਜੇ ਸਿੰਘ ਦੀ ਪ੍ਰੈਸ ਕਾਨਫਰੰਸ ਉਹਨਾਂ ਨੇ ਵੀ ਵੱਡੇ ਦਾਅਵੇ ਤੇ ਵਾਅਦੇ ਕਰ ਦਿੱਤੇ ਆ ਹੁਣੀ ਕੁਝ ਦਿਨ ਪਹਿਲਾਂ ਉਹ ਵੀ ਜੇਲ੍ਹ ਚੋਂ ਰਿਹਾ ਹੋ ਕੇ ਆਈ ਨਹੀਂ ਜਦੋਂ ਤੋਂ ਜ਼ਮਾਨਤ ਤੇ ਰਿਹਾ ਹੋਇਆ ਓਦੋਂ ਤੋਂ ਉਹ ਕਾਫੀ ਐਕਟਿਵ ਨੇ ਅਤੇ ਐਕਸ਼ਨ ਮੋਡ ਵਿੱਚ ਨੇ ਕੇਂਦਰ ਅਤੇ ਭਾਜਪਾ ਤੇ ਲਗਾਤਾਰ ਤਿੱਖੇ ਹਮਲੇ ਕਰ ਰਹੇ ਨੇ ਸੰਜੇ ਸਿੰਘ ਨੇ ਦਾਵਾ ਕੀਤਾ ਕਿ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਚ ਭਾਜਪਾ ਦੇ ਵੱਲੋਂ ਇੱਕ ਯੋਜਨਾ ਬਣਾਈ ਗਈ ਹੈ ਇਸ ਘਪਲੇ ਦੇ ਵਿੱਚ ਭਾਜਪਾ ਦੇ ਕਈ ਆਗੂ ਸ਼ਾਮਲ ਨੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਉਹਨਾਂ ਨੇ ਸਾਜ਼ਿਸ਼ ਘੜੀ ਹੈ ਉਸੇ ਤਹਿਤ ਕੇਜਰੀਵਾਲ ਦੀ ਚੋਣਾ ਤੋਂ ਪਹਿਲਾਂ ਗ੍ਰਿਫਤਾਰੀ ਕੀਤੀ ਹੈ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਅਤੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਹੈ ਇਹ ਦੇਸ਼ ਦੇ ਵਿੱਚ ਤਾਨਾਸ਼ਾਹੀ ਦੀ ਇੱਕ ਕਿਸਮ ਦੀ ਸ਼ੁਰੂਆਤ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਉਹ ਹੋਰ ਮੁੱਖ ਮੰਤਰੀਆਂ ਨੂੰ ਜੇਲ੍ਹ ਭੇਜਣ ਦੀ ਭਾਜਪਾ ਵੱਲੋਂ ਤਿਆਰੀ ਕਰ ਰਹੇ ਨੇ ਇਹ ਦੇਸ਼ ਦੇ ਵਿੱਚ ਲੋਕਤੰਤਰ ਅਤੇ ਸੰਵਿਧਾਨ ਵਾਸਤੇ ਬਹੁਤ ਖਤਰਨਾਕ ਹੈ ਅਤੇ ਸਾਨੂੰ ਸਾਰਿਆਂ ਨੂੰ ਇਹਦੇ ਖਿਲਾਫ ਲੜਨ ਦੀ ਲੋੜ ਹੈ ਉਹਨਾਂ ਨੇ ਉਦਾਹਰਨ ਦਿੱਤੀ ਕਿ ਜਿਵੇਂ ਮਹਾਤਮਾ ਗਾਂਧੀ ਨੇ ਬਰਤਾਨਵੀ ਸ਼ਾਸਕਾਂ ਦੇ ਵਿਰੁੱਧ ਲੜਾਈ ਲੜੀ ਕਿਉਂਕਿ ਉਸ ਸਮੇਂ ਉਹਨਾਂ ਨੂੰ ਬੋਲਣ ਤੇ ਰਹਿਣ ਦੀ ਆਜ਼ਾਦੀ ਨਹੀਂ ਸੀ ਉਹਨਾਂ ਦਾਵਾ ਕੀਤਾ ਕਿ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਹੁਣ ਭਾਜਪਾ ਨੇ ਉਸੇ ਤਰ੍ਹਾਂ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਲਗਭਗ ਸੰਜੇ ਸਿੰਘ ਦਾ ਦਾਵਾ ਅਤੇ ਬਿਆਨ ਸਾਬਕਾ ਰਾਜਪਾਲ ਸਤਿਆਪਾਲ ਮਾਲਕ ਦੇ ਬਿਆਨ ਨਾਲ ਮੇਲ ਖਾਂਦਾ ਉਹਨਾਂ ਨੇ ਵੀ ਹੋਈ ਆਖਿਆ ਸੀ ਕਿ ਭਾਵੇਂ ਕਾਰਨ ਕੋਈ ਵੀ ਬਣਾਇਆ ਜਾਵੇ ਕੁਝ ਵੱਡੇ ਵਿਰੋਧੀ ਧਿਰ ਦੇ ਆਗੂਆਂ ਸਮੇਤ ਕੇਜਰੀਵਾਲ ਦੀ ਚੋਣਾਂ ਤੋਂ ਪਹਿਲਾਂ-ਪਹਿਲਾਂ ਗ੍ਰਿਫਤਾਰੀ ਕਰ ਦਿੱਤੀ ਜਾਏਗੀ ਤੇ ਹੁਣ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਵੀਡੀਓ ਵਾਇਰਲ ਹੋਈ ਹੈ ਹੁਣ ਉਹ ਸਫਾਈਆਂ ਦੇ ਰਹੇ ਨੇ ਖੇਮਕਰ ਤੋਂ ਆਪ ਵਿਧਾਇਕ ਨੇ ਸਰਵਣ ਸਿੰਘ ਧੁੰਨ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੇ ਤੇ ਸਫਾਈਆਂ ਦੇਣੀਆਂ ਪੈ ਰਹੀਆਂ ਨੇ ਅਸਲ ਦੇ ਵਿੱਚ ਧੁੰਨ ਆਪਣੇ ਹਲਕੇ ਦੇ ਵਿੱਚ ਕੈਬਨਟ ਮੰਤਰੀ ਅਤੇ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵਾਸਤੇ ਵੋਟਾਂ ਮੰਗ ਰਹੇ ਸੀ ਲੋਕਾਂ ਨਾਲ ਗੱਲਬਾਤ ਕਰਦਿਆਂ ਵਿਕਾਸ ਕਾਰਜਾਂ ਦਾ ਦੌਰਾ ਕਰਨ ਵਾਸਤੇ ਨਿਕਲੇ ਹੋਏ ਸੀ ਇਸੇ ਦੌਰਾਨ ਉਹਨਾਂ ਨੇ ਲੋਕਾਂ ਵਿਚਾਲੇ ਇਸ ਤਰ੍ਹਾਂ ਦੀ ਗੱਲ ਕਹਿ ਦਿੱਤੀ ਹੈ ਕਿ ਉਹ ਵੀਡੀਓ ਬਣਾਈ ਤੇ ਵੀਡੀਓ ਵਾਇਰਲ ਹੋ ਗਈ ਹੈ ਤੇ ਇਹ ਵੀਡੀਓ ਵਿਰੋਧੀ ਪਾਰਟੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਸਾਂਝੀ ਕਰਕੇ ਨਿਸ਼ਾਨੇ ਵੀ ਬਣ ਰਹੀਆਂ ਨੇ ਅਸਲ ਦੇ ਵਿੱਚ ਲੋਕ ਸਭਾ ਚੋਣਾਂ ਨੇ ਚੋਣਾ ਦੇ ਵਾਸਤੇ ਹਲਕਾ ਖਡੂਰ ਸਾਹਿਬ ਤੋਂ ਆ ਆਦਮੀ ਪਾਰਟੀ ਦੇ ਉਮੀਦਵਾਰ ਨੇ ਲਾਲਜੀਤ ਸਿੰਘ ਭੁੱਲਰ ਤੇ ਵਿਧਾਇਕ ਤੁਣ ਆਪਣੇ ਹਲਕੇ ਦੇ ਵਿੱਚ ਉਹਨਾਂ ਵਾਸਤੇ ਜਨਤਕ ਮੀਟਿੰਗਾਂ ਕਰ ਰਹੀ ਸੀ। ਇਸੇ ਦੌਰਾਨ ਉਹਨਾਂ ਦੀ ਕਿਸੇ ਨੇ ਵੀਡੀਓ ਬਣਾਈ ਹੈ ਤੇ ਵੀਡੀਓ 'ਚ ਉਹ ਇਲਾਕੇ ਚ ਲਾਈਆਂ ਜਾ ਰਹੀਆਂ ਇੱਟਾਂ ਦੇ ਬਾਰੇ ਗੱਲਬਾਤ ਕਰਦੇ ਨਜ਼ਰ ਆ ਰਹੇ ਹੈ। ਜਿਸ ਦੇ ਵਿੱਚ ਉਹ ਆਖ ਰਹੇ ਨੇ ਕਿ ਇੱਟਾਂ ਪੂਰੇ ਪੰਜਾਬ 'ਚ ਲੱਗਣ ਗਈਆਂ। ਇੱਟਾਂ ਪੂਰੇ ਪੰਜਾਬ 'ਚ ਲੱਗੀਆਂ ਵੀ ਨੇ। ਬਸ ਮੇਰੀ ਗੱਲ ਸੁਣੋ। ਵੋਟ ਪਾਉਣੀ ਪਾਓ ਕਿਤੇ ਘਟ ਪੈ ਜਾਣਗੀਆਂ ਤੇ ਕਿਤੇ ਵੱਧ ਪੈ ਜਾਣਗੀਆਂ ਪੈਣੀਆਂ ਤਾਂ ਐਮਪੀ ਨੂੰ ਨੇ ਮੈਨੂੰ ਕੀ ਸਰਵਣ ਸਿੰਘ ਧੁੰਨ ਦੀ ਜਦੋਂ ਆਹ ਵੀਡੀਓ ਇੰਨੀ ਕੁ ਪੋਸਟ ਕੀਤੀ ਗਈ ਤਾਂ ਸਰਵਣ ਸਿੰਘ ਧੁੰਨ ਸਪਸ਼ਟੀਕਰਨ ਦੇ ਰਹੇ ਨੇ ਕਿ ਉਹ ਦਾਸੂਵਾਲ ਸਮੇਤ ਆਪਣੇ ਹਲਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਇਸੇ ਦੌਰਾਨ ਆਪ ਦੇ ਕਈ ਵਰਕਰ ਤੇ ਆਗੂ ਵੀ ਉਹਨਾਂ ਦੇ ਨਾਲ ਸੀ ਉਹਨਾਂ ਚ ਹਾਸਾ ਮਖੌਲ ਚੱਲ ਰਿਹਾ ਸੀ ਇਸੇ ਦੌਰਾਨ ਕੈਬਨਟ ਮੰਤਰੀ ਲਾਲਜੀ ਸਿੰਘ ਭੁੱਲੜ ਦੇ ਰਿਸ਼ਤੇਦਾਰ ਵੀ ਉਹਨਾਂ ਦੇ ਨਾਲ ਸਨ ਉਹਨਾਂ ਨੇ ਆਪਣੀ ਗਲੀ ਦੇ ਵਿੱਚ ਇੱਟਾਂ ਲਗਵਾਉਣ ਦੀ ਕਹਿੰਦੇ ਗੱਲ ਕੀਤੀ। ਕਹਿੰਦੇ ਮੈਂ ਉਹਨਾਂ ਨੂੰ ਇਹ ਦੱਸ ਰਿਹਾ ਸੀ ਕਿ ਹੁਣ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਅਤੇ ਚੋਣਾ ਤੋਂ ਬਾਅਦ ਉਹਨਾਂ ਦੀ ਗਲੀ ਬਣਾ ਦਿੱਤੀ ਜਾਏਗੀ। ਅਤੇ ਮਜ਼ਾਕ ਵਿੱਚ ਉਹਨਾਂ ਨੇ ਮੰਤਰੀ ਭੁੱਲੜ ਦੇ ਰਿਸ਼ਤੇਦਾਰਾਂ ਨੂੰ ਇਹ ਗੱਲ ਜ਼ਰੂਰ ਆਖੀ ਕਿ ਆਪਣੀ ਵੋਟ ਭੁੱਲੜ ਨੂੰ ਪਹੁੰਚਾਓ। ਚਾਹੇ ਘੱਟ ਪਾਓ ਜਾਂ ਵੱਧ। ਜਿਸ ਦੀ ਵੀਡੀਓ ਕਦੇ ਉਹਨਾਂ ਦੇ ਵਿਰੋਧੀਆਂ ਨੇ ਜਾਣ ਬੁੱਝ ਕੇ ਕਿਤੋਂ-ਕਿਤੋਂ ਕੱਟ ਕੇ, ਤੋੜ ਮਰੋੜ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਵੀ ਉਹ ਲਾਲਜੀਤ ਸਿੰਘ ਭੁੱਲੜ ਦੇ ਨਾਲ ਖੜੇ ਹੈ ਅਤੇ ਹਮੇਸ਼ਾ ਖੜੇ ਰਹਿਣਗੇ ਪਰ ਇਸ ਵੀਡੀਓ ਤੋਂ ਬਾਅਦ ਉਹਨਾਂ ਨੂੰ ਸਫਾਈਆਂ ਦੇਣੀਆਂ ਪੈ ਰਹੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਜਨਾਬ ਹੰਸ ਰਾਜ ਹੰਸ ਦੀ ਪੰਜਾਬ ਦੇ ਵਿੱਚ ਭਾਜਪਾ ਨੇ 6 ਉਮੀਦਵਾਰ ਐਲਾਨੇ ਹਨ ਗੁਰਦਾਸਪੁਰ ਤੋਂ ਬਗਾਵਤ ਹੋ ਚੁੱਕੀ ਹੈ ਤੇ ਭਾਜਪਾ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਾ ਮੁਸ਼ਕਲ ਹੋਏਗਾ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਨੂੰ ਲਗਾਤਾਰ ਦੂਸਰੇ ਦਿਨ ਵੀ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਪਹਿਲਾ ਜਿਸ ਦਿਨ ਉਹਨਾਂ ਨੂੰ ਟਿਕਟ ਮਿਲੀ ਸਭ ਤੋਂ ਪਹਿਲਾਂ ਬਾਬਾ ਫਰੀਦ ਦੇ ਟਿੱਲੇ ਤੇ ਨਤਮਸਤਕ ਹੋਏ ਤੇ ਜਿਉਂ ਹੀ ਬਾਹਰ ਨਿਕਲੇ ਤਾਂ ਹੰਸਰਾਜ ਹਸਤਾ ਕਿਸਾਨਾਂ ਵੱਲੋਂ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਡਟਮਾ ਵਿਰੋਧ ਕੀਤਾ ਗਿਆ। ਉਹ ਤੋਂ ਅਗਲੇ ਦਿਨ ਉਹ ਮੋਗਾ ਰੋਡ ਸ਼ੋਅ ਕਰਨ ਵਾਸਤੇ ਪਹੁੰਚੇ। ਹੰਸਰਾਜ ਹੰਸ ਨੂੰ ਮੋਗਾ ਦੇ ਵਿੱਚ ਵੀ ਕਿਸਾਨਾਂ ਵੱਲੋਂ ਘੇਰਾ ਪਾ ਲਿਆ ਗਿਆ। ਉਹਨਾਂ ਨੂੰ ਕਾਲੇ ਝੰਡੇ ਦਿਖਾਏ ਗਏ ਭਾਵੇਂ ਉਹ ਫਰੀਦਕੋਟ ਹੋਵੇ ਤੇ ਭਾਵੇਂ ਮੋਗਾ ਹੋਵੇ ਦੋ ਦਿਨ ਦੋ ਥਾਵਾਂ ਤੇ ਪਹੁੰਚੇ ਦੋਵੇਂ ਥਾਵਾਂ ਤੇ ਕਿਸਾਨਾਂ ਵੱਲੋਂ ਘੇਰਾ ਤੇ ਜ਼ਬਰਦਸਤ ਵਿਰੋਧ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਇਹ ਸੱਦਾ ਦਿੱਤਾ ਗਿਆ ਹੈ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੀ ਇਹਨਾਂ ਚੋਣਾਂ ਦੇ ਵਿੱਚ ਹੁਣ ਸਿੱਧੇ ਤੌਰ ਤੇ ਵਿਰੋਧ ਤੇ ਉਤਰ ਆਇਆ ਹੈ ਕਿਸਾਨ ਆਗੂ ਸਰਵਣ ਸਿੰਘ ਪੰਧੀਰ ਨੇ ਸ਼ੁਭ ਕਰਨ ਦੇ ਨਾਂ ਦੇ ਉੱਤੇ ਇੱਕ ਪੋਸਟਰ ਵੀ ਜਾਰੀ ਕਰ ਦਿੱਤਾ ਹੈ ਤੇ ਜਿਸ ਦਾ ਟਾਈਟਲ ਹੈ ਸਾਡਾ ਕੀ ਕਸੂਰ ਇਹਦੇ ਹੇਠਾਂ ਕਿਸਾਨਾਂ ਦੀਆਂ ਕੁਝ ਮੰਗਾਂ ਕੁਝ ਸਵਾਲ ਲਿਖੇ ਹੋਏ ਨੇ ਤੇ ਪੋਸਟਰ ਪੰਜਾਬ ਤੇ ਹੋਰ ਨਾਲ ਸੂਬਿਆਂ ਦੇ ਵਿੱਚ ਲਗਾਏ ਜਾਣਗੇ ਅਤੇ ਭਾਜਪਾ ਦੇ ਆਗੂਆਂ ਨੂੰ ਇਹ ਸਵਾਲ ਪੁੱਛੇ ਜਾਣਗੇ ਕਈਆਂ ਪਿੰਡਾਂ ਦੇ ਵਿੱਚ ਪੋਸਟਰ ਲੱਗ ਵੀ ਚੁੱਕਿਆ ਹੈ ਕਿ ਜੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਭਾਜਪਾ ਦੇ ਆਗੂ ਉਹਨਾਂ ਦੇ ਪਿੰਡ ਨਹੀਂ ਆ ਸਕਦੇ ਇਹਦੇ ਨਾਲ ਹੀ ਪੋਸਟਰ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਸ਼ਾਂਤਮਈ ਕਿਸਾਨਾਂ ਦੇ ਉੱਤੇ ਚਲਾਈਆਂ ਗਏ ਗੋਲੀਆਂ ਉਹਦੀਆਂ ਤਸਵੀਰਾਂ ਵੀ ਲਾਈਆਂ ਨੇ ਉਹਦੇ ਵਿੱਚ ਸ਼ੁਭਕਰਨ ਦੀ ਤਸਵੀਰ ਹੈ ਤੇ ਉਹ ਜੇ ਪਿਰਤਪਾਲ ਸਿੰਘ ਦੀ ਵੀ ਤਸਵੀਰ ਹੈ ਸਰਵਣ ਸਿੰਘ ਪੰਦੀਰ ਨੇ ਕਿਹਾ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਪ੍ਰਚਾਰ ਕਰਨ ਪਹੁੰਚੇ ਲੋਕ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੇ ਘੇਰਿਆ ਸੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਹਿੰਦੇ ਜਿੱਥੇ ਜਿੱਥੇ ਵੀ ਇਹ ਜਾਣਗੇ ਉਹਨਾਂ ਨੂੰ ਘੇਰਿਆ ਜਾਏਗਾ ਉਹਨਾਂ ਇਹ ਵੀ ਆਖਿਆ ਕਿ ਅਸੀਂ ਪਿੱਛੇ ਨਹੀਂ ਹਟਣ ਵਾਲੇ ਜਦੋਂ ਤੱਕ ਸਾਡੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ ਉਦੋਂ ਤੱਕ ਇਹ ਸਾਡਾ ਸੰਘਰਸ਼ ਵੀ ਜਾਰੀ ਰਹੇਗਾ ਅਤੇ ਭਾਜਪਾ ਦੇ ਉਮੀਦਵਾਰਾਂ ਦਾ ਅਤੇ ਉਹਨਾਂ ਦੇ ਸਹਿਯੋਗੀਆਂ ਦਾ ਵਿਰੋਧ ਵੀ ਜਾਰੀ ਰਹੇਗਾ ਹੁਣ ਬਠਿੰਡਾ ਦੇ ਵਿੱਚ ਗੇਮ ਘੁੰਮ ਗਈ ਹੈ ਜੀ। ਗੇਮ ਕਮਾਈ ਹੈ ਆਮ ਆਦਮੀ ਪਾਰਟੀ ਨੇ। ਅਸਲ ਦੇ ਵਿੱਚ ਇਹ ਗੱਲ ਤਾਂ ਯਕੀਨ ਨਾਲ ਆਖੀ ਜਾ ਸਕਦੀ ਹੈ ਕਿ ਕਿਸੇ ਵੀ ਪਾਰਟੀ ਨੂੰ ਜਿਤਾਉਣ ਜਾਂ ਹਰਾਉਣ ਵਾਸਤੇ ਬੂਥ ਲੈਵਲ ਦੇ ਪਿੰਡ ਅਤੇ ਬਲੌਕ ਪੱਧਰ ਜਿਹੜੇ ਆਗੂ ਆ ਸਭ ਤੋਂ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਆ। ਕਿਉਂਕਿ ਉਹਨਾਂ ਦਾ ਹੀ ਨਾਤਾ ਅਸਲ ਦੇ ਵਿੱਚ ਆਮ ਲੋਕਾਂ ਨਾਲ ਹਮੇਸ਼ਾ ਬਣਿਆ ਰਹਿੰਦਾ ਹੈ। ਇਹਨਾਂ ਦੇ ਆਖੇ ਲੱਗ ਕੀ ਲੋਕ ਵੋਟਾਂ ਪਾਉਂਦੇ ਆ ਤੇ ਫਿਰ ਜੇ ਕੋਈ ਕੰਮ ਹੋਵੇ ਲੋਕ ਇਹਨਾਂ ਕੋਲ ਹੀ ਜਾਂਦੇ ਆ ਤੇ ਇਹ ਅੱਗੇ ਆਗੂਆਂ ਕੋਲ ਜਾਂਦੇ ਆ। ਇਸ ਕਰਕੇ ਜਿਸ ਪਾਰਟੀ ਦਾ ਇਹ ਕੇਡਰ ਮਜ਼ਬੂਤ ਹੋਵੇ ਉਸ ਪਾਰਟੀ ਨੂੰ ਜਿਤਨਾ ਸੁਖਾਲਾ ਹੋ ਜਾਂਦਾ ਤੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣੀ ਹੁਣ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਆਮ ਆਦਮੀ ਪਾਰਟੀ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਵੱਡਾ ਤੇ ਕਰਾਰਾ ਝਟਕਾ ਦੇ ਦਿੱਤਾ ਹੈ ਬਠਿੰਡਾ ਸੰਸਦੀ ਹਲਕੇ ਤੋਂ ਵੱਡੀ ਗੰੰਤੀ ਦੇ ਵਿੱਚ ਸੀਨੀਅਰ ਅਕਾਲੀ ਅਤੇ ਕਾਂਗਰਸੀ ਆਗੂ ਆਪ ਵਿੱਚ ਸ਼ਾਮਲ ਹੋਇਆ ਹੈ ਇਹਦੇ ਬਾਰੇ ਜਾਣਕਾਰੀ ਐਕਸ ਦੇ ਉੱਤੇ ਪੋਸਟ ਕਰਕੇ ਦਿੱਤੀ ਗਈ ਹੈ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਕਾਉਂਸਲਰ ਉਹਨਾਂ ਦੀਆਂ ਜ਼ਿਲ੍ਹਾ ਇਕਾਈਆਂ ਦੇ ਕਈ ਅਹੁਦੇਦਾਰ ਆਪਣੇ ਕੇਡਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਐ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕੈਬਨਟ ਮੰਤਰੀ ਅਤੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਵੱਲੋਂ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਦੇ ਨਗਰ ਨਿਗਮ ਬਠਿੰਡਾ ਦੇ ਵਿਰੋਧੀ ਧਿਰ ਦੇ ਆਗੂ ਬਠਿੰਡਾ ਦੇ ਯੂਥ ਪ੍ਰਧਾਨ ਅਤੇ ਮਾਨਸਾ ਦੇ ਅਬਜ਼ਰਵਰ ਐਮ ਸੀ ਹਰਪਾਲ ਸਿੰਘ ਢਿੱਲੋਂ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹਦੇ ਤੋਂ ਇਲਾਵਾ ਹਰਜਿੰਦਰ ਸਿੰਘ ਛਿੰਦਾ ਐਮ ਸੀ ਨੇ ਉਹ ਬਠਿੰਡਾ ਤੋਂ ਅਰਜਿੰਦਰ ਸਿੰਘ ਸਿੱਧੂ ਉਹ ਵੀ ਐਮ ਸੀ ਨੇ ਰਣਦੀਪ ਸਿੰਘ ਰਾਣਾ ਐਮ ਸੀ ਨੇ ਸੀਨੀਅਰ ਯੂਥ ਪ੍ਰਧਾਨ ਬਠਿੰਡਾ ਪ੍ਰਗਟ ਸਿੰਘ ਐਮ ਸੀ ਵਿਸ਼ਾਲ ਲੰਬੜ ਸਰਕਲ ਪ੍ਰਧਾਨ ਨੇ ਬਿੰਦਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨੇ ਬਠਿੰਡਾ ਦੇ ਤੇ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਸਿੰਘ ਗਰੇਵਾਲ ਅਤੇ ਮਨਪ੍ਰੀਤ ਸਿੰਘ ਜਿਹੜੇ ਕਿ ਸੋਸ਼ਲ ਮੀਡੀਆ ਦੇ ਸਲਾਹਕਾਰ ਨੇ ਉਹ ਸਾਰੇ ਇਸ ਗੇਮ ਦੇ ਵਿੱਚ ਸ਼ਾਮਲ ਹੋ ਗਏ ਆ ਭਾਵੇਂ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਵੱਡੀ ਗੰਟੀ ਵਿੱਚ ਦੱਸਿਆ ਜਾ ਰਿਹਾ ਕਿ ਅਕਾਲੀ ਅਤੇ ਕਾਂਗਰਸੀ ਵਰਕਰ ਆਪੋ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਹਰਮਿੰਦਰ ਸਿੰਘ ਢਾਲੀਵਾਲ ਅਤੇ ਉਹਨਾਂ ਦੇ ਪੁੱਤਰ ਭਪਿੰਦਰ ਸਿੰਘ ਢਾਲੀਵਾਲ ਤੋਂ ਪ੍ਰੇਰਿਤ ਹੋ ਕੇ ਉਹ ਕਹਿੰਦੇ ਅਸੀਂ ਸਾਰੇ ਆਗੂਆਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਹਦੇ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਫਿਰ ਗੱਲਬਾਤ ਕਰ ਰਹੇ ਸਨ ਬਠਿੰਡਾ ਤੋਂ ਲੋਕ ਸਭਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਬੀਰ ਸਿੰਘ ਖੁੱਡੀਆਂ ਉਹ ਕਹਿੰਦੇ ਸਾਰੇ ਆਗੂਆਂ ਦਾ ਅਸੀਂ ਪਾਰਟੀ ਵਿੱਚ ਸਵਾਗਤ ਕਰਦੇ ਹਾਂ ਇਹਨਾਂ ਦੇ ਆਉਣ ਨਾਲ ਸਾਨੂੰ ਹੋਰ ਮਜ਼ਬੂਤੀ ਮਿਲੂਗੀ। ਉਹਨਾਂ ਨੇ ਇਹ ਵੀ ਆਖਿਆ ਕਿ ਕਾਂਗਰਸ ਤੇ ਅਕਾਲੀ ਦਲ ਜਦੋਂ ਚੋਣਾਂ ਆਉਂਦੀਆਂ ਨੇ ਉਸ ਵਕਤ ਲੋਕਾਂ ਨੂੰ ਵਰਤਦੇ ਐ ਤੇ ਬਾਅਦ ਚ ਉਹਨਾਂ ਨੂੰ ਨਜ਼ਰ ਅੰਦਾਜ਼ ਕਰਦੇ ਐ ਪਰ ਸਾਡੀ ਪਾਰਟੀ ਵਿੱਚ ਇਸ ਤਰ੍ਹਾਂ ਨਹੀਂ ਉਹਨਾਂ ਕਿਹਾ ਕਿ ਇਹਨਾਂ ਆਗੂਆਂ ਦੇ ਨਾਲ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਉਹਨਾਂ ਦੀ ਪਾਰਟੀ ਹੋਰ ਮਜ਼ਬੂਤ ਹੋਈ ਐ ਅਤੇ ਉਹਨਾਂ ਨੂੰ ਭਰੋਸਾ ਕਿ ਬਠਿੰਡਾ ਤੋਂ 1.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਅਸੀਂ ਰਲ ਮਿਲ ਕੇ ਦਰਜ ਕਰਾਂਗੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਵਿੱਚੋਂ ਇੱਕ ਸ਼ਰਮਨਾਕ ਤਸਵੀਰ ਸਾਹਮਣੇ ਆਈ ਐ ਜਿਸ ਦਾ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲੈ ਲਿਆ ਹੈ। ਦਰਅਸਲ ਤਰਨਤਾਰ ਦੇ ਅਧੀਨ ਆਉਂਦਾ ਸਰਹੱਦੀ ਕਸਬਾ ਵਲਟੋਹਾ। ਵਲਟੋਹਾ ਤੋਂ ਇਹ ਬਹੁਤ ਸ਼ਰਮਨਾਕ ਤਸਵੀਰ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ। ਜਦੋਂ ਗਵਾਂਡੀਆਂ ਦੀ ਕੁੜੀ ਨੂੰ ਭਜਾ ਕੇ ਕੋਰਟ ਮੈਰਿਜ ਕਰਵਾਉਣ ਵਾਲੇ ਭਾਵ ਲਵ ਮੈਰਿਜ ਦਾ ਇਹ ਪੰਗਾ। ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਦੀ ਮਾਂ ਨੂੰ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ ਤੇ ਕੁੱਟਿਆ ਮਾਰਿਆ। ਉਹਨੂੰ ਸ਼ਰੀਆਮ ਅਰਧ ਨਗਨ ਕਰ ਦਿੱਤਾ। ਉਨੂੰ ਸਰੀਰ ਵੀ ਮੁੜ ਕੇ ਕੱਜਣ ਨਹੀਂ ਦਿੱਤਾ ਟਕਣ ਨਹੀਂ ਦਿੱਤਾ ਉਹ ਆਪਣਾ ਸਰੀਰ ਟਕਣ ਦਾ ਯਤਨ ਕਰਦੀ ਰਹੀ ਪਰ ਉਸ ਔਰਤ ਨੂੰ ਕੱਪੜੇ ਖੋਹ ਲੈ ਗਏ ਗਲੀਆਂ 'ਚ ਭਜਾਪ ਜਾ ਕੇ ਉਹਦੀ ਕੁੱਟਮਾਰ ਕੀਤੀ ਗਈ ਅਰਧ ਨਗਨ ਸਥਿਤੀ ਵਿੱਚ ਉਸ ਦੀ ਵੀਡੀਓ ਬਣਾਈ ਅਤੇ ਫਿਰ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤਾ ਵਾਇਰਲ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ ਕੈਮਰੇ ਤੋਂ ਬਚਣ ਵਾਸਤੇ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਲੁਕਣ ਦਾ ਯਤਨ ਵੀ ਕਰਦੀ ਰਹੀ ਪਰ ਉਹਨੂੰ ਲੁਕਣ ਨਾ ਦਿੱਤਾ ਗਿਆ ਉਹਨੂੰ ਆਪਣਾ ਸਰੀਰ ਟਕਣ ਨਾ ਦਿੱਤਾ ਗਿਆ ਥਾਣਾ ਵਲਟੋਹਾ ਦੀ ਪੁਲਿਸ ਨੇ ਇਹ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਮਾਮਲੇ 'ਚ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਸਮੇਤ ਦੋ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਵੀ ਵੱਖ-ਵੱਖ ਤਰਾਮਾ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੂੰ ਜਿਹੜੇ ਬਿਆਨ ਦਰਜ ਕਰਵਾਏ ਗਏ ਨੇ ਉਹਨਾਂ ਬਿਆਨਾਂ ਦੇ ਵਿੱਚ ਪਿੰਡ ਵਲਟੋਹਾ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਉਹਨਾਂ ਦੋਸ਼ ਲਾਇਆ ਕਿ ਉਹਦੇ ਲੜਕੇ ਨੇ ਗੁਆਂਢ ਵਿੱਚ ਰਹਿੰਦੀ ਇੱਕ ਲੜਕੀ ਨਾਲ ਲਗਭਗ ਮਹੀਨਾ ਕੁ ਪਹਿਲਾਂ ਲਵ ਮੈਰਿਜ ਕਰਵਾਈ ਉਹ ਰੰਜਿਸ਼ ਰੱਖੀ 31 ਮਾਰਚ ਦੀ ਸ਼ਾਮ ਲੜਕੀ ਦੇ ਘਰਾ ਉਹਦੀ ਮਾਂ ਤੋਂ ਇਲਾਵਾ ਅਣਪਛਾਤੇ ਵਿਅਕਤੀ ਉਹਨਾਂ ਦੇ ਘਰ ਦੇ ਬਾਹਰ ਆਏ ਅਤੇ ਉਹਨਾਂ ਨੇ ਉਹਨਾਂ ਦੇ ਘਰ ਦੇ ਬਾਹਰ ਹੰਗਾਮਾ ਸ਼ੁਰੂ ਕਰ ਦਿੱਤਾ ਜਦੋਂ ਉਹ ਆਪਣੇ ਘਰੋਂ ਬਾਹਰ ਆਈ ਤਾਂ ਉਹਨਾਂ ਵਿਅਕਤੀਆਂ ਨੇ ਉਹਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਹਦੇ ਕੱਪੜੇ ਪਾੜ ਦਿੱਤੇ ਉਹਦੇ ਸਰੀਰ ਨੂੰ ਉੱਪਰੋਂ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਤੇ ਫਿਰ ਇਸ ਮਾਮਲੇ ਸਬੰਧੀ ਥਾਣਾ ਬਲਟੋਹਾ ਦੀ ਐਸਐਚਓ ਮੈਡਮ ਸੁਨੀਤਾ 바ਵਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਐਸਆਈ ਪਰਮਜੀਤ ਸਿੰਘ ਕਰ ਰਹੇ ਨੇ ਤੇ ਉਹਨਾਂ ਨੇ ਪੀੜਤ ਔਰਤ ਦੀ ਸ਼ਿਕਾਇਤ ਤੇ ਸ਼ਰਨਜੀਤ ਸਿੰਘ ਉਰਫ ਸਣੀ ਗੁਰਚਰਨ ਸਿੰਘ ਕੁਲਵਿੰਦਰ ਕੌਰ ਉਰਫ ਮਾਣੀ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 20 ਦਰਜ ਕਰ ਲਿਆ ਹੈ ਅਤੇ ਇਹਦੇ ਵਿੱਚ ਧਰਾਵਾ ਜਿਹੜੀਆਂ ਲਏ ਨੇ 354 354 ਬੀ 354 ਡੀ ਅਤੇ 149 ਆਈਪੀਸ ਦੀਆਂ ਧਰਾਵਾਂ ਨੇ ਤੇ ਨਾਲ ਹੀ ਉਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਇਸ ਮਾਮਲੇ ਤੋਂ ਬਾਅਦ ਜਦੋਂ ਇਹ ਸੁਰਖੀਆਂ ਵਿੱਚ ਆ ਗਿਆ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਰਿਪੋਰਟ ਤਲਬ ਕਰ ਲਈ ਹੈ ਅਤੇ 6 April ਦੁਪਹਿਰ 2 ਵਜੇ ਤੱਕ ਡੀਐਸਪੀ ਲੈਵਲ ਦੇ ਕਿਸੇ ਅਧਿਕਾਰੀ ਤੋਂ ਜਾਂਚ ਕਰਵਾ ਕੇ ਉਹਨਾਂ ਨੂੰ ਰਿਪੋਰਟ ਈਮੇਲ ਦੇ ਰਹੀ ਪਹੁੰਚਾਉਣ ਵਾਸਤੇ ਆਖ ਦਿੱਤਾ ਗਿਆ ਤੇ ਲਿਖ ਦਿੱਤਾ ਗਿਆ ਤੇ ਹੁਣ ਲਾਹ ਪਰਵਾਹੀਆਂ ਕਿੰਨੀਆਂ ਘਪਾਰੀ ਪੈ ਸਕਦੀਆਂ ਨੇ ਅੱਜ ਪੰਜਾਬ ਦੇ ਲਗਭਗ ਦਰਜਣ ਘਰਾਂ ਦੇ ਵਿੱਚ 70 ਵਿਸ਼ਗਏ ਆ ਜੀ ਪੰਜਾਬ ਦੇ ਵਿੱਚ ਵੱਖ-ਵੱਖ ਹਾਦਸੇ ਵਾਪਰੇ ਆ ਇਹਨਾਂ ਵਿੱਚੋਂ ਕੁਝ ਸੜਕੀ ਹਾਦਸੇ ਨੇ ਪਹਿਲੇ ਹਾਦਸੇ ਦਾ ਜੇਕਰ ਮੈਂ ਜ਼ਿਕਰ ਕਰਾਂ ਕੋਟਕਪੂਰਾ ਚ ਹੋਇਆ ਜਿਸ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਮ੍ਰਿਤਕ ਪਿੰਡ ਪੰਜਗਰਾਈ ਖੁਰਦੇ ਰਹਿਣ ਵਾਲੇ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਸਾਰੇ ਕਿਸੇ ਧਾਰਮਿਕ ਸਮਾਗਮ ਤੋਂ ਪਰਤ ਰਹੇ ਸੀ ਹਾਦਸੇ ਦੇ ਵਿੱਚ ਦੋ ਔਰਤਾਂ ਤੇ ਤਿੰਨ ਆਦਮੀਆਂ ਦੀ ਮੌਤ ਹੋਈ ਹੈ ਜਦੋਂ ਕਿ 8 ਗੰਭੀਰ ਜ਼ਖਮੀ ਦਸੇ ਜਾ ਰਹੇ ਨੇ ਤੇ ਕੋਟਕਪੂਰਾ ਤੇ ਫਰੀਦਕੋਟ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਭਰਤੀ ਹੈ ਧਾਰਮਿਕ ਸਮਾਗਮ ਤੋਂ ਆ ਰਹੇ ਸ਼ਰਧਾਲੂ ਛੋਟਾ ਹਾਥੀ ਤੇ ਸਵਾਰ ਸੀ ਤੇ ਸਾਹਮਣੇ ਆ ਰਹੇ ਇਹ ਟਰਾਲੇ ਦੀ ਛੋਟੇ ਹਾਥੀ ਨਾਲ ਜ਼ਬਰਦਸਤ ਟੱਕਰ ਹੋਈ ਤੇ ਛੋਟੇ ਹਾਥੀ ਦੇ ਟੁਕੜੇ ਹੋ ਗਏ ਪਰ ਕੱਛੇ ਉੱਡ ਗਏ ਪੰਜ ਲੋਕਾਂ ਨੇ ਮੌਕੇ ਤੇ ਦਮ ਤੋੜਿਆ ਤੇ ਜਿਸ ਨੇ ਵੀ ਇਹ ਹਾਦਸਾ ਵੇਖਿਆ ਉਹਦੀ ਰੂਹ ਕੰਬ ਗਈ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੂੰ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬਾਗਾ ਪੁਰਾਣਾ ਦੇ ਪਿੰਡ ਨਿਗਾਹਾ ਚ ਧਾਰਮਿਕ ਸਮਾਗਮ ਸੀ ਜਿੱਥੋਂ ਇਹ ਵਾਪਸ ਪਰਤ ਰਹੇ ਸਨ ਤੇ ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਹੜੇ ਜ਼ਖਮੀ ਐ ਉਹਨਾਂ ਦੀ ਹਾਲਤ ਵੀ ਬਹੁਤੀ ਕੋਈ ਠੀਕ ਨਹੀਂ ਦੱਸੀ ਜਾ ਰਹੀ ਉਹਨਾਂ ਨੂੰ ਵੀ ਗੰਭੀਰ ਸੱਟਾਂ ਨੇ ਜ਼ਿੰਦਗੀ ਮੌਤ ਦੀ ਉਹ ਵੀ ਲੜਾਈ ਲੜ ਰਹੇ ਨੇ ਇਹਦੇ ਤੋਂ ਬਾਅਦ ਇਹ ਵੀ ਜਾਣਕਾਰੀ ਮਿਲੀ ਹੈ ਕਿ ਟਰਾਲੇ ਦਾ ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਤਲਾਸ਼ ਕਰ ਰਹੀ ਹੈ ਤੇ ਉਹਦੀ ਗ੍ਰਿਫਤਾਰੀ ਕੀਤੀ ਜਾਵੇਗੀ ਦੂਜਾ ਜਿਹੜਾ ਹਾਦਸਾ ਹੈ ਉਹ ਦੀਨਾ ਨਗਰ ਤੇ ਪਿੰਡ ਕਰਵਾਲਚ ਹੋਇਆ ਜਿੱਥੇ ਦੋ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਸੀ ਉਹਨਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜਿਆ ਜਿਸ ਕਾਰਨ ਮੌਤ ਹੋਈ ਹੈ ਮ੍ਰਿਤਕਾਂ ਦੀ ਪਛਾਣ ਸੰਦੀਪ ਕੁਮਾਰ ਅਤੇ ਲਵਪ੍ਰੀਤ ਇਹਨਾਂ ਦੇ ਰੂਪ ਵਿੱਚ ਹੋਈ ਹੈ ਅਤੇ ਇਹ ਗੁਰਦਾਸਪੁਰ ਵਾਲੀ ਸਾਈਡ ਤੋਂ ਪੰਡੋਰੀ ਰੋਡ ਤੇ ਜਾ ਰਹੇ ਸੀ ਜਦੋਂ ਮੋਟਰਸਾਈਕਲ ਸਵਾਰ ਪਿੰਡ ਲਖਣਪਾਲ ਦੇ ਮੋੜ ਤੇ ਪਹੁੰਚਦੇ ਆ ਉਹਨਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਫਿਰ ਮੋਟਰਸਾਈਕਲ ਸੜਕ ਦੇ ਕਿਨਾਰੇ ਬਿਜਲੀ ਦੇ ਖੰਬੇ ਵਿੱਚ ਜਾ ਲੱਗਿਆ ਅਤੇ ਉਹਨਾਂ ਦੀ ਮੌਤ ਹੋ ਗਈ ਅਤੇ ਇਹਦੇ ਨਾਲ ਹੀ ਇੱਕ ਹੋਰ ਹਾਦਸਾ ਉਹ ਦੇਰ ਸ਼ਾਮ ਸਮਰਾਲਾ ਦੇ ਚੈਲਾ ਫਲਾਈਓਵਰ ਤੇ ਵਾਪਰਿਆ ਤੇ ਹਾਦਸਾ ਇਹ ਵੀ ਬਹੁਤ ਦਰਦਨਾਕ ਸੀ ਇਸ ਭਿਆਨਕ ਹਾਦਸੇ ਦੇ ਦੌਰਾਨ ਪੈਦਲ ਜਾ ਰਹੀਆਂ ਦੋ ਔਰਤਾਂ ਤੇ ਇੱਕ ਬੱਚੇ ਦੀ ਮੌਤ ਹੋਈ ਹੈ ਕਿ ਪਿੱਛੋਂ ਆਰੀ ਇੱਕ ਹੌਂਦਾ ਸਿਟੀ ਤੇਜ਼ ਰਫ਼ਤਾਰ ਕਾਰ ਸੀ ਉਹਨਾਂ ਨੇ ਇਹਨਾਂ ਨੂੰ ਦਰੜਿਆ ਹਾਦਸੇ ਦੇ ਵਿੱਚ ਦੋਵੇਂ ਔਰਤਾਂ ਤੇ 1 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋਈ ਤੇ ਮੌਤ ਇਹਨਾਂ ਦੇ ਵੀ ਮੌਕੇ ਤੇ ਹੋ ਗਈ। ਘਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਦੋਸ਼ੀ ਕਾਰ ਚਾਲਕ ਨੂੰ ਕਾਬੂ ਕੀਤਾ ਅਤੇ ਮ੍ਰਿਤਕਾਂ ਦੀ ਜਿਹੜੀ ਪਛਾਣ ਹੈ ਉਹ ਸੱਸ ਨੂੰ ਅਤੇ ਉਹਨਾਂ ਦੇ 1 ਸਾਲ ਦੇ ਮਾਸੂਮ ਬੱਚੇ ਵਜੋਂ ਕੀਤੀ ਗਈ ਹੈ। ਇਹਦੀ ਜਾਣਕਾਰੀ ਦਿੱਤੀ ਹੈ ਥਾਣਾ ਸਮਰਾਲਾ ਦੇ ਐਸ ਐਚ ਓ ਨੇ ਉਹਨਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 54 ਵਰਿਆਂ ਦੀ ਸੋਨਾ ਉਹਦੀ 23 ਵਰਿਆਂ ਦੀ ਨੂੰ ਪੂਜਾ ਅਤੇ ਪੂਜਾ ਦੇ ਮਾਸੂਮ ਪੁੱਤਰ ਜਨੂ ਜਿਸ ਦੀ ਉਮਰ तकरीबन 1 ਸਾਲ ਸੀ ਮਰਤਕ ਸਾਸ ਨੂੰ 1 ਸਾਲ ਦੇ ਮਾਸੂਮ ਬੱਚੇ ਸਮੇਤ ਆਪਣੇ ਇੱਕ ਗਵਾਂਢੀ ਦੇ ਨਾਲ ਮੋਟਰਸਾਈਕਲ ਤੇ ਚੰਡੀਗੜ੍ਹ ਤੋਂ ਲੁਧਿਆਣੇ ਜਾ ਰਹੇ ਸੀ ਸਮਰਾਲਾ ਨੇੜੇ ਚਹਿਲਾ ਹਾਈਵੇ ਤੇ ਪਹੁੰਚਣ ਤੇ ਇਹਨਾਂ ਨੂੰ ਪਾਣੀ ਦੀ ਪਿਆਸ ਲੱਗਦੀ ਹੈ ਮੋਟਰਸਾਈਕਲ ਚਾਲਕ ਹਸੀਨ ਇਹਨਾਂ ਨੂੰ ਉੱਥੇ ਉਤਾਰ ਦਿੰਦਾ ਕਿ ਤੁਸੀਂ ਇੱਥੇ ਰੁਕੋ ਤੇ ਥੋੜੀ ਦੂਰ ਅੱਗੇ ਉਹ ਪਾਣੀ ਦੀ ਬੋਤਲ ਲੈਣ ਵਾਸਤੇ ਚਲਾ ਜਾਂਦਾ ਤੇ ਫਿਰ ਇਹ ਰੁਕਦੀਆਂ ਨਹੀਂ ਉੱਥੇ ਪੂਜਾ ਗੋਦੀ ਚੁੱਕ ਕੇ ਆਪਣੇ ਮਾਸੂਮ ਬੱਚੇ ਅਤੇ ਸੱਸ ਸੋਨਾ ਨੂੰ ਲੈ ਕੇ ਉਹ ਫਲਾਈਓਵਰ ਪੈਦਲ ਪਾਰ ਕਰਨ ਲੱਗਦੀ ਹੈ ਹਾਲਾਂਕਿ ਹੁਣ ਕਸੂਰ ਕਾਰ ਵਾਲੇ ਦਾ ਕੱਢਿਆ ਜਾਣਾ ਹੈ ਇਹ ਉਸ ਫਲਾਈਓਵਰ ਨੂੰ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਗੱਡੀਆਂ ਚੱਲਦੀਆਂ ਨੇ ਪੈਦਲ ਪਾਰ ਕਰਨ ਲੱਗਦੀਆਂ ਨੇ ਇੰਨੇ ਨਾਲ ਹੀ ਇੱਕ ਇਹ ਹੋਂਡਾ ਕਾਰ ਆਉਂਦੀ ਹੈ ਤੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਜਾਂਦੀ ਹੈ ਤੇ ਇਹਨਾਂ ਨੂੰ ਦੂਰ ਤੱਕ ਨਾਲ ਕਢੀ ਸਥਿਤੀ ਲੈ ਜਾਂਦੀ ਹੈ ਤੇ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ ਮ੍ਰਿਤਕ ਔਰਤਾਂ ਪ੍ਰਵਾਸੀ ਸਨ ਤੇ ਆਪਣੇ ਪਰਿਵਾਰ ਸਮੇਤ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਵਿੱਚ ਰਹਿੰਦੀਆਂ ਸਨ ਤੇ ਇੱਕ ਹੋਰ ਹਾਦਸਾ ਇਹ ਹਾਦਸਾ ਗੜ ਸ਼ੰਕਰ ਨੰਗਲ ਰੋਡ ਤੇ ਪਿੰਡ ਗੜੀ ਦੇ ਨੇੜੇ ਵਾਪਰਿਆ ਹੈ ਹਾਦਸਾ ਇਹ ਵੀ ਭਿਆਨਕ ਦੱਸਿਆ ਜਾ ਰਿਹਾ ਹੈ ਮੋਟਰਸਾਈਕਲ ਸਵਾਰ 18 ਸਾਲਾ ਨੌਜਵਾਨ ਉਹਦੀ ਦਰਦਨਾਕ ਮੌਤ ਹੋਈ ਹੈ ਤੇ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ ਇਹ ਵੀ ਦੱਸਿਆ ਗਿਆ ਕਿ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜਾਣਕਾਰੀ ਦੇ ਅਨੁਸਾਰ 18 ਵਰਿਆਂ ਦਾ ਹਰਮਨਜੀਤ ਸਿੰਘ ਪਿੰਡ ਸ਼ਾਹਪੁਰ ਆਪਣੇ ਚਚੇਰੇ ਭਰਾ ਨਰਿੰਦਰਜੀਤ ਸਿੰਘ ਨਾਲ ਪਲਟੀਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਗੜ ਸ਼ੰਕਰ ਤੋਂ ਪਿੰਡ ਸ਼ਾਹਪੁਰ ਨੂੰ ਜਾ ਰਹੇ ਸੀ ਜਦੋਂ ਉਹ ਗੜੀ ਨਿੰਡ ਦੇ ਪਿੰਡ ਦੇ ਪਹੁੰਚਿਆ ਤਾਂ ਗੜੀ ਪਿੰਡ ਦੇ ਨੇੜੇ ਪਹੁੰਚਣ ਸਾਰੀ ਦੂਜੇ ਪਾਸੇ ਸਵਾਰ ਹੈ ਇੱਕ ਮੋਟਰਸਾਈਕਲ ਨੂੰ ਓਵਰਟੇਕ ਕਰਨ ਦੇ ਚੱਕਰ ਚ ਇੱਕ ਹੋਰ ਵਾਹਨ ਦੇ ਨਾਲ ਜਾ ਟਕਰ ਆਉਂਦੀ ਹੈ ਜਿਸ ਦੇ ਕਾਰਨ ਮੋਟਰਸਾਈਕਲ ਸਵਾਰ ਹਰਮਨਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਹਦੇ ਚਚੇਰੇ ਭਰਾ ਨਰਿੰਦਰਜੀਤ ਸਿੰਘ ਨੂੰ ਸਿਵਲ ਹਸਪਤਾਲ ਗੜ ਸ਼ੰਕਰ ਭੱਤੀ ਕਰਵਾਇਆ ਗਿਆ ਤੇ ਹਾਲਸਾ ਉਹਦੀ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਤੇ ਇਥੋਂ ਉਹਨੂੰ ਵੀ ਰਿਫਰ ਕਰ ਦਿੱਤਾ ਗਿਆ ਲੱਗਦਾ ਹੈ ਕਿ ਇਹ ਦਿਨ ਹਾਦਸਿਆਂ ਦਾ ਦਿਨ ਰਿਹਾ ਛੋਟੀਆਂ-ਛੋਟੀਆਂ ਅਣਗਹਿਲੀਆਂ ਸਾਡੀ ਜਾਨ ਤੇ ਭਾਰੂ ਪੈਂਦੀਆਂ ਨੇ ਇਸੇ ਤਰ੍ਹਾਂ ਥਾਣਾ ਕੂਮਕਰਾਂ ਦੇ ਅਧੀਨ ਪੈਂਦਾ ਪਿੰਡ ਕੂਮਖੁਰਦਾ ਕੂਮਖੁਰਦੇ ਨੇੜੇ ਵਗਦੇ ਸੂਏ ਦੇ ਵਿੱਚ ਦੁਪਹਿਰ ਦੇ ਤਕਰੀਬਨ 2:00 ਵਜੇ ਦਾ ਨੇੜੇ ਤੇੜ ਦਾ ਸਮਾਂ ਹੋਣਾ ਤੇ ਦੋ ਸਕੇ ਭਰਾ ਜਿਨ੍ਹਾਂ ਦੇ ਵਿੱਚ ਮੁਹੰਮਦ ਅਸਦੁੱਲਾ ਜਿਸ ਦੀ ਉਮਰ 17 ਵਰ੍ਹੇ ਹੈ ਅਤੇ 12:00 ਵਜੇ ਦਾ ਮੁਹੰਮਦ ਮਨਤੁੱਲਾ ਇਹ ਝੁੰਗੀਆਂ ਪੰਜੇਟਾ ਦੇ ਰਹਿਣ ਵਾਲੇ ਸੀਰਾਂ ਦੀ ਮੌਤ ਹੋਈ ਹੈ ਜਾਣਕਾਰੀ ਅਨੁਸਾਰ ਦੋਵੇਂ ਭਰਾ ਸਵੇਰ ਦਾ ਵਕਤ ਸੀ ਮਸਜਿਦ ਦੇ ਵਿੱਚ ਨਮਾਜ਼ ਪੜਨ ਤੋਂ ਬਾਅਦ ਆਪਣੇ ਪਿੰਡ ਝੁੰਗੀਆਂ ਪੰਜੇਟਾ ਪਰਤ ਰਹੇ ਸੀ ਰਸਤੇ 'ਚ ਸੂਗਾ ਪੈਂਦਾ ਸੀ ਤੇ ਪਾਣੀ 'ਚ ਵਜਾਵੜੇ ਰੀਲ ਬਣਾਉਣ ਦੇ ਚੱਕਰ 'ਚ ਤਸਵੀਰਾਂ ਖਿੱਚਣ ਦੇ ਚੱਕਰ 'ਚ ਜਾਣਕਾਰੀ ਅਨੁਸਾਰ ਛੋਟਾ ਭਰਾ ਮੁਹੰਮਦ ਮਨਤੁੱਲਾ ਪਾਣੀ ਵਿੱਚ ਖੜਾ ਸੀ ਤੇ ਉਹਦਾ ਵੱਡਾ ਭਰਾ ਮੁਹੰਮਦ ਅਸਦੁੱਲਾ ਬਾਹਰ ਖੜ ਕੇ ਉਹਦੀ ਰੀਲ ਬਣਾ ਰਿਹਾ ਸੀ ਫੋਟੋ ਆ ਖਿੱਚ ਰਿਹਾ ਸੀ ਵੀਡੀਓ ਬਣਾ ਰਿਹਾ ਸੀ ਆਚਾਰਕ ਪਾਣੀ ਦੇ ਵਹਾਅ ਦੇ ਵਿੱਚ ਛੋਟਾ ਭਰਾ ਮੁਹੰਮਦ ਮਨਤੁੱਲਾ ਵਹਿੰਦਾ ਉਹਨੂੰ ਬਚਾਉਣ ਦੇ ਵਾਸਤੇ ਵੱਡਾ ਭਰਾ ਪਿੱਛੇ ਛਾਲ ਮਾਰ ਦਿੰਦਾ ਪਾਣੀ ਦੇ ਵਹਾਅ ਦੇ ਵਿੱਚ ਦੋਵੇਂ ਭਰਾ ਰੁਕ ਨਾ ਸਕੇ ਬਾਹਰ ਨਿਕਲ ਨਾ ਸਕੇ ਦੋਵੇਂ ਡੁੱਬ ਗਏ ਹੈ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮੁਖੀ ਗੁਰਪ੍ਰਤਾਪ ਸਿੰਘ ਮੌਕੇ ਤੇ ਪਹੁੰਚੇ ਗੋਤਾਖੂਰਾਂ ਨੂੰ ਬੁਲਾਇਆ ਗਿਆ ਮਸ਼ੱਕਤ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਨੇ ਪੁਲਿਸ ਵੱਲੋਂ ਲਾਸ਼ਾਂ ਕਬਜ਼ੇ ਵਿੱਚ ਲੈ ਲੈ ਗਈਆਂ ਨੇ ਪੋਸਟਮਾਰਟਮ ਲਈ ਭਜਵਾ ਦਿੱਤੀਆਂ ਗਈਆਂ ਸੀ ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕੋ ਹੀ ਘਰ ਦੇ ਵਿੱਚ ਦੋ ਜੀ ਇਸ ਜਹਾਨ ਤੋਂ ਜਾਣ ਤੋਂ ਬਾਅਦ ਤੁਸੀਂ ਕਿਆਸ ਕਰ ਸਕਦੇ ਹੋ ਕਿ ਕਿਹੋ ਜਿਹਾ ਮਾਹੌਲ ਹੋਗਾ ਸੋਗ ਦੀ ਲਹਿਰ ਹੈ ਪੂਰੇ ਪਿੰਡ ਵਿੱਚ ਵੀ ਇਹ ਨਿੱਕੀਆਂ ਨਿੱਕੀਆਂ ਅਣਗਹਿਲੀਆਂ ਨੇ ਕਿੰਨੇ ਘਰਾਂ ਦੇ ਵਿੱਚ ਬੀਤੇ ਕੁਝ ਘੰਟਿਆਂ 'ਚ ਸੱਥਰ ਵਿਛਾ ਦਿੱਤੇ ਆ ਦੋਸਤੋ ਇਹ ਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਖਾ